ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਰਨੈਲ ਸਿੰਘ ਨਾਗਪਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਆਪਾਂ ਲਾਈਵ ਹੋਏ ਹਾਂ। ਆਪਾਂ ਅੱਜ ਲਾਈਵ ਦੇ ਵਿੱਚ ਦੱਸਾਂਗੇ ਕਿ ਆਪਾਂ ਦਾੜ੍ਹੀ ਨੂੰ ਕਿੱਦਾਂ ਬੰਨਦੇ ਹਾਂ। ਮੈਨੂੰ ਬੜੇ ਮਿੱਤਰਾਂ ਦੇ ਫੋਨ ਆਏ ਵੀ ਨਾਗਪਾਲ ਜੀ, ਤੁਸੀਂ ਦਾੜ੍ਹੀ ਕਿੱਦਾਂ ਬੰਨਦੇ ਹੋ, ਤੁਹਾਡਾ ਇੰਨਾ ਲੰਮਾ ਦਾੜ੍ਹਾ, ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਤੁਸੀਂ ਕਿੱਦਾਂ ਸਾਂਭਦੇ ਹੋ, ਤੁਹਾਡੀ ਦਾੜ੍ਹੀ ਬਹੁਤ ਸੋਹਣੀ ਵੱਜਦੀ, ਅਤੇ ਸਾਨੂੰ ਵੀ ਦੱਸੋ ਕੋਈ ਤਰੀਕਾ। ਸੋ ਅੱਜ ਇਸ ਸੰਬੰਧ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਮਾਨ ਕਿਹੜਾ ਲੈਣਾ ਦਾੜ੍ਹੀ ਬੰਨਣ ਲਈ। ਨੰਬਰ ਇੱਕ ਆਪਾਂ ਲੈਣਾ ਜੀ ਤੇਲ, ਕੋਈ ਵੀ ਤੇਲ ਲੈ ਲਓ, ਜਿਹੜਾ ਪਤਲਾ ਹੋਵੇ। ਬਦਾਮਾਂ ਵਾਲਾ ਤੇਲ ਲੈ ਲਓ, ਆਲਮੋਂਡ ਇਹ ਜੈਸਮਾਈਨ ਤੇਲ ਜਿੱਦਾਂ ਮੈਂ ਯੂਜ਼ ਕਰਦਾ, ਸਿਮਕੋ ਹੈ, ਇਹ ਕੌਲੀ ਹੈ, ਇਹਦੇ ਵਿੱਚ ਆਪਾਂ ਸਿਮਕੋ ਨੂੰ ਮਿਕਸ ਕਰਾਂਗੇ। ਇਹ ਬੁਰਸ਼ ਦਾੜ੍ਹੀ ਵਾਲਾ ਕੰਘੀ ਹੈ, ਤੁਸੀਂ ਲੱਕੜ ਦਾ ਕੰਘਾ ਵੀ ਲੈ ਸਕਦੇ ਹੋ, ਠੀਕ ਹੈ ਜੀ। ਇਹ ਜਿਹੜੀ ਹੈ ਡਰਾਇਰ ਹੈ, ਜਿਹੜਾ ਵਾਲ ਸੁਕਾਉਣ ਵਾਲਾ, ਇਹ ਤੁਸੀਂ ਮਿੱਛਾਂ ਉਹ ਵਾਲਾ ਲੈਣਾ। ਇਹਦੇ ਵਿੱਚ ਦੋ ਬਟਨ ਹੈ, ਇੱਕ ਕੂਲ ਹੈ, ਇੱਕ ਹੋਟ ਹੈ। ਜਿੱਦਾਂ ਇਹਨੂੰ ਇੱਥੇ ਕੂਲ ਕਰ ਲਓ, ਇੱਥੇ ਥੋੜ੍ਹਾ ਮਿਕਸ ਕਰ ਲਓ, ਇੱਥੇ ਥੋੜ੍ਹਾ ਹਾਈਟ ਹੋ ਜਾਏਗੀ, ਠੀਕ ਹੈ। ਆਹ ਸਲੋ ਹੈ, ਮੀਡੀਅਮ ਹੈ, ਇੱਧਰ ਆ ਫੁੱਲ ਹੈ, ਦੋ ਬਟਨ ਲੱਗੇ ਆ, ਇੱਦਾਂ ਦਾ ਹੀ ਲੈਣਾ, ਠੀਕ ਹੈ ਜੀ। ਇਹ ਕੰਘੀ ਪਲਾਸਟਿਕ ਦੀ ਹੈ, ਤੁਸੀਂ ਅੰਮ੍ਰਿਤਧਾਰੀ ਦੇ ਲੱਕੜ ਦਾ ਵੀ ਕੰਘਾ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਦੋ ਠਾਠੇ ਆ, ਇਹ ਡਸਟਬੀਨ ਹੈ ਵਾਲਾਂ ਵਾਲਾ, ਜਿਹਦੇ ਵਿੱਚ ਆਪਾਂ ਵਾਲ ਪਾਉਣੇ ਆ। ਔਰ ਆਹ ਮੈਂ ਸਪੈਸ਼ਲ ਬੁਰਸ਼ ਮੰਗਾਇਆ ਦਾੜ੍ਹੀ ਵਾਲਾ ਬਾਹਰੋਂ। ਸੋ ਆਪਾਂ ਹੁਣ ਗੱਲ ਕਰਾਂਗੇ ਵੀ ਦਾੜ੍ਹੀ ਨੂੰ ਕਿੱਦਾਂ ਆਪਾਂ ਬੰਨਣਾ, ਕਿੱਦਾਂ ਸੰਭਾਲ ਕਰਨੀ ਹੈ ਜੀ। ਲਓ ਜੀ, ਆਪਾਂ ਹੁਣ ਮੋਬਾਈਲ ਥੋੜ੍ਹਾ ਸਟੈਂਡ 'ਤੇ ਲਾ ਲਈਏ। ਲਓ ਜੀ, ਮੇਰੇ ਖਿਆਲ ਮੋਬਾਈਲ ਸਹੀ ਲੱਗ ਗਿਆ। ਆਪਾਂ ਹੁਣ ਦਾੜ੍ਹੀ ਬੰਨਣ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਕੀ ਕਰਨਾ, ਆਪਾਂ ਇਹ ਤੇਲ ਲੈਣਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਬੂੰਦਾਂ ਤੇਲ, ਇੱਦਾਂ ਤੁਸੀਂ ਮਾੜਾ ਮਾੜਾ ਦਾੜ੍ਹੀ 'ਤੇ ਲਗਾਉਣਾ। ਸ਼ਰਤ ਇਹ ਹੈ ਕਿ ਤੁਹਾਡੀ ਜਿਹੜੀ ਦਾੜ੍ਹੀ ਹੈ ਬਿਲਕੁਲ ਖੁਸ਼ਕ ਹੋਵੇ, ਬਿਲਕੁਲ ਸੁੱਕੀ ਹੋਵੇ, ਨਾ ਕਿ ਸਿੱਲੀ ਸਿੱਲੀ ਹੋਵੇ। ਕਈ ਲੋਕ ਜਾਂ ਮੇਰੇ ਵੀਰ ਸੋਚਦੇ ਆ ਵੀ ਦਾੜ੍ਹੀ ਜਿਹੜੀ ਹੈ ਨਾ ਉਹ ਬਿਲਕੁਲ ਸਿੱਲੀ ਜੀ ਹੋਵੇ, ਜਿੱਦਾਂ ਗਿੱਲੀ ਗਿੱਲੀ ਦੇ ਲਾਉਂਦੇ ਆ, ਉਹ ਬਿਲਕੁਲ ਤਰੀਕਾ ਗਲਤ ਹੈ। ਉਹਦੇ ਨਾਲ ਦਾੜ੍ਹੀ ਜਿਹੜੀ ਸਹੀ ਚਿਪਕਦੀ ਨਹੀਂ ਔਰ ਜਲਦੀ ਸੁੱਕਦੀ ਵੀ ਨਹੀਂ। ਤੇਲ ਲਾਉਣ ਤੋਂ ਬਾਅਦ, ਹਲਕਾ ਹਲਕਾ ਤੇਲ ਲਾਉਣ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਵਾਹ ਲੈਣਾ ਕੰਘੇ ਨਾਲ। ਜੇਕਰ ਤੁਸੀਂ ਅੰਮ੍ਰਿਤਧਾਰੀ ਤੋਂ ਲੱਕੜ ਦੇ ਕੰਘੇ ਨਾਲ ਵਾਹ ਲਓ, ਨਹੀਂ ਤਾਂ ਫਿਰ ਕੋਈ ਵੀ ਇੱਦਾਂ ਇੱਕ ਗੋਲ ਕੰਘਾ ਹੁੰਦਾ ਪਲਾਸਟਿਕ ਦਾ, ਉਹ ਵੀ ਵਰਤ ਸਕਦੇ ਹੋ, ਕੰਘੀ ਵੀ ਵਰਤ ਸਕਦੇ ਹੋ, ਠੀਕ ਹੈ ਜੀ। ਉਹ ਇਹ ਵਾਲਾ ਕੰਘਾ ਹੁੰਦਾ ਜੀ ਗੋਲ, ਇਹਦੇ ਨਾਲ ਵੀ ਤੁਸੀਂ ਇੱਦਾਂ ਦਾੜ੍ਹੀ ਜਿਹੜੀ ਵਾਹ ਸਕਦੇ ਹੋ। ਵੈਸੇ ਕੋਸ਼ਿਸ਼ ਕਰੋ ਕਿ ਲੱਕੜ ਦਾ ਹੀ ਕੰਘਾ ਯੂਜ਼ ਕਰੋ। ਹੁਣ ਕੀ ਕਰਨਾ, ਸਭ ਤੋਂ ਪਹਿਲਾਂ ਰਬੜਾਂ ਲੈਣੀਆਂ, ਰਬੜਾਂ ਲੈ ਲਈਆਂ ਆਪਾਂ। ਆਪਾਂ ਵਾਲਾਂ ਨੂੰ ਇੱਦਾਂ ਚੰਗੀ ਤਰ੍ਹਾਂ ਇਕੱਠੇ ਕਰ ਲੈਣਾ, ਪਿੱਛੇ ਤੱਕ, ਪਿਛਾਂਹ ਵੱਲ ਨੂੰ, ਗਲੇ ਦੇ ਨਾਲ, ਜਿੱਥੇ ਆਪਣੀ ਬੋਲਣ ਵਾਲੀ ਸੰਘੀ ਆ, ਇੱਥੇ ਇੱਥੇ ਨਾਲ ਜੋੜ ਕੇ ਬਿਲਕੁਲ ਪਿੱਛੇ ਰਬੜ ਪਾਉਣੀ। ਇੱਦਾਂ ਜੇਕਰ ਰਬੜਾਂ ਵੱਡੀਆਂ ਤਿੰਨ ਵਾਲ ਪਾ ਦਿਓ, ਨਹੀਂ ਤਾਂ ਦੋ ਹੀ ਬਹੁਤ ਆ, ਠੀਕ ਹੈ ਜੀ। ਇੱਦਾਂ ਖਿੱਚ ਲਓ ਅੱਧੇ ਅੱਧੇ ਵਾਲ। ਹੁਣ ਆਹ ਜਿਹੜੇ ਅੱਧੇ ਵਾਲ ਇੱਧਰ ਪਾ ਦੇਣੇ ਆ, ਆਹ ਅੱਧੇ ਵਾਲ ਇੱਧਰ ਪਾਉਣੇ ਆ। ਤਰੀਕਾ ਕੀ ਆ, ਵਾਲਾਂ ਨੂੰ ਪਿੱਛੇ ਪਾਉਣਾ, ਪਿੱਛੇ ਪਾਉਂਦੇ ਪਾਉਂਦੇ ਇੱਥੋਂ ਤੱਕ ਵਾਲ ਲੈ ਕੇ ਆਉਣੇ ਆ, ਔਰ ਇੱਧਰੋਂ ਇੱਥੋਂ ਤੱਕ ਲਿਜਾਣੇ, ਇੱਧਰ ਨੂੰ ਔਰ ਇੱਧਰ ਨੂੰ, ਇੱਧਰ ਵੀ ਇੱਦਾਂ ਵਾਲ ਇੱਥੋਂ ਤੱਕ ਔਰ ਇੱਧਰ ਨੂੰ। ਇਹ ਦੇਖੋ ਇੱਦਾਂ ਉਂਗਲ ਪਾਈ, ਇੱਦਾਂ ਦੇਖੋ ਵਾਲ ਇੱਦਾਂ ਜਾ ਰਹੇ ਅੰਗੂਠੇ ਨਾਲ, ਅੰਗੂਠੇ ਨਾਲ ਵਾਲ ਪਾਉਣੇ ਇੱਦਾਂ, ਠੀਕ ਹੈ ਜੀ। ਇੱਧਰ ਨੂੰ ਲਈ ਜਾਣੇ ਸਾਈਡ ਵੱਲ ਨੂੰ, ਬਾਹਰ ਵੱਲ ਨੂੰ, ਖੱਬੇ ਪਾਸੇ ਵਾਲੇ ਖੱਬੇ ਪਾਸੇ ਨੂੰ, ਔਰ ਗਾਂਹ ਨੂੰ ਇੱਦਾਂ ਦੇਖੋ। ਇੱਥੇ ਅੰਗੂਠਾ ਆ ਗਿਆ ਮੇਰਾ, ਆਹ ਦੇਖੋ ਇਹ ਆ ਰਿਹਾ, ਆ ਖਿੱਚ ਰਿਹਾ ਨਾ ਗੱਲ ਇੱਦਾਂ, ਠੀਕ ਹੈ, ਮਿਕਸ ਜਿਹਾ ਹੋ ਗਿਆ। ਹੁਣ ਜਿਹੜੇ ਇੱਧਰ ਵਾਲੇ ਵਾਲ ਆ ਉਹ ਇੱਧਰ,
ਅੰਗੂਠਾ ਵੀ ਲਾ ਸਕਦੇ ਹਾਂ ਵੀ ਐਂ ਕਰਕੇ, ਇੱਦਾਂ ਉਂਗਲ ਵੀ ਲਾ ਸਕਦੇ ਹਾਂ ਜਿੱਦਾਂ ਤੁਹਾਨੂੰ ਕੰਫਰਟੇਬਲ ਲੱਗੇ, ਇੱਧਰ ਵੀ ਇੱਦਾਂ, ਠੀਕ ਹੈ ਜੀ। ਹੁਣ ਵਾਲ ਆਪਣੇ ਚੰਗੀ ਤਰ੍ਹਾਂ ਅੰਦਰ ਹੋ ਚੁੱਕੇ ਆ, ਠੀਕ ਹੈ ਜੀ। ਸਭ ਤੋਂ ਮੇਨ ਜਿਹੜਾ ਪੁਆਇੰਟ ਇਹੀ ਹੈ ਵੀ ਵਾਲ ਜਿਹੜੇ ਅੰਦਰ ਨੂੰ ਪਾਏ ਉਹ ਕਿੱਦਾਂ ਪਾਉਣੇ। ਕਈ ਵਾਲ ਇੱਦਾਂ ਪਾਉਂਦੇ ਅਤੇ ਇਕੱਠੇ ਜਾ ਜਾਂਦੇ, ਦਾੜੀ ਬਾਹਰ ਨੂੰ ਆ ਜਾਂਦੀ। ਇਹ ਦੇਖੋ ਆਪਾਂ ਅੰਦਰ ਵਾਲ ਪਾਤੇ ਅਤੇ ਸਾਈਡਾਂ ਨੂੰ ਔਰ ਗਾਂਹ ਨੂੰ ਵੀ ਕਰਤੇ ਔਰ ਸਾਈਡ ਨੂੰ ਵੀ ਕਰਤੇ, ਵਿੱਚ ਵਿਛਾ ਦਿੱਤੇ, ਖਿਲਰ ਗਿਆ ਵਾਲ, ਠੀਕ ਹੈ ਜੀ। ਹੁਣ ਆਪਾਂ ਕੀ ਕਰਨਾ, ਸਿਮਕੋ ਲੈਣੀ ਆ, ਸਿਮਕੋ ਲੈਣੀ ਆ ਇੱਕ ਢੱਕਣ ਪੂਰਾ। ਜਿੱਦਾਂ ਮੇਰੀ ਦਾੜੀ ਜਿਹੜੇ ਹਿਸਾਬ 'ਤੇ ਮੈਂ ਇੱਕ ਢੱਕਣ ਲੈਣਾ ਵਾਂ, ਮੈਂ ਪੂਰਾ ਢੱਕਣ ਭਰ ਲੈਣਾ ਸਿਮਕੋ ਨਾਲ। ਇਹ ਦੇਖੋ ਜੀ ਮੇਰੇ ਇੰਨੀ ਸਿਮਕੋ ਲੱਗਦੀ ਆ, ਇੱਕ ਪੂਰਾ ਫੁੱਲ ਢੱਕਣ, ਠੀਕ ਹੈ ਜੀ, ਭਰਿਆ। ਇਹਨੂੰ ਤੁਸੀਂ ਕੌਲੀ 'ਚ ਪਾ ਲੈਣਾ, ਠੀਕ ਹੈ ਜੀ। ਕੌਲੀ 'ਚ ਪਾ ਕੇ ਬੁਰਸ਼ ਲੈ ਲੈਣਾ, ਬੁਰਸ਼ ਲੈ ਕੇ ਇੱਦਾਂ ਬੁਰਸ਼ ਨੂੰ ਇੱਦਾਂ ਲਾ ਕੇ ਸਿਮਕੋ, ਇੱਦਾਂ ਲਾਉਣੀ ਇਸ ਤਰੀਕੇ ਨਾਲ ਇੱਦਾਂ। ਔਰ ਜਿਹੜੀ ਆਪਾਂ ਦਾੜੀ ਅੰਦਰ ਕੀਤੀ ਹੈ ਨਾ ਥੱਲੇ ਰਬੜ ਪਾ ਕੇ, ਇਹ ਸੁੱਕੀ ਦਾੜੀ ਕਰਨੀ, ਖੁਸ਼ਕ ਦਾੜੀ। ਇਹ ਨਹੀਂ ਵੀ ਤੁਸੀਂ ਇਹਨੂੰ ਪਹਿਲਾਂ ਸਿਮਕੋ ਲਾ ਲਓ ਥੱਲੇ ਜਿਹੜੀ ਰਬੜ ਦੇ ਥੱਲੇ ਸਰ, ਉਹਨੂੰ ਕਈ ਮੇਰੇ ਵੀਰ ਸਿਮਕੋ ਲਾ ਕੇ ਅੰਦਰ ਨੂੰ ਪਾਉਂਦੇ, ਉਹ ਗਿੱਲੀ ਹੋ ਜਾਂਦੀ, ਚਿਮੜ ਜਾਂਦੀ, ਨਾਲੇ ਇੱਥੋਂ ਮੋਟੀ ਬਣ ਜਾਂਦੀ ਆ, ਨਾਲੇ ਉਹਦੇ ਨਾਲ ਕਈ ਵਾਰੀ ਥੱਲੇ ਖਾਰਸ਼ ਜਾਂ ਜ਼ਖਮ ਹੋ ਜਾਂਦੇ ਆ, ਲਾਲ ਜਿਹਾ ਸਕਿਨ ਲਾਲ ਜਿਹੀ ਹੋ ਜਾਂਦੀ ਆ। ਹਮੇਸ਼ਾ ਖੁਸ਼ਕ ਦਾੜੀ ਨੂੰ ਅੰਦਰ ਇੱਦਾਂ ਥੱਲੇ ਪਾਉਣਾ ਚਾਹੀਦਾ, ਖਿਲਾਰਨਾ ਚਾਹੀਦਾ, ਕਦੇ ਵੀ ਸਿਮਕੋ ਲਾ ਕੇ ਬਾਅਦ ਵਿੱਚ ਰਬੜ ਪਾ ਕੇ ਨਹੀਂ ਲਾਉਣਾ ਚਾਹੀਦਾ। ਇਹ ਸਾਰੇ ਲੋਕ ਗਲਤੀ ਕਰਦੇ ਆ, ਤਕਰੀਬਨ 99% ਇੱਦਾਂ ਹੀ ਕਰਦੇ ਆ। ਸੋ ਇੱਦਾਂ ਨਾ ਕਰਿਆ ਕਰੋ, ਦਾੜੀ ਨੂੰ ਪਹਿਲਾਂ ਅੰਦਰ ਫੋਲਡ ਕਰ ਲਓ, ਬਾਅਦ ਦੇ ਵਿੱਚ ਉਹਦੇ ਉੱਪਰ ਇੱਦਾਂ ਦਾ ਸਿਮਕੋ ਬੁਰਸ਼ ਜਿਹੜਾ ਡਰੋਪ ਕਰਕੇ ਸਿਮਕੋ ਨਾਲ ਇੱਦਾਂ ਲਾਉਂਦੇ ਜਾਓ, ਠੀਕ ਹੈ ਜੀ। ਜਿੱਥੇ ਜਿੱਥੇ ਆਪ ਨੂੰ ਲੱਗੇ, ਨਹੀਂ ਲੱਗੇ ਸਿਮਕੋ ਇੱਥੋਂ ਤੱਕ ਲਾਓ ਆ ਗਲੇ ਤੱਕ। ਖੈਰ ਮੇਰੇ ਵਾਲ ਜ਼ਿਆਦਾ ਪਿਛਾਂ ਤੱਕ ਨੇ, ਜੇਕਰ ਤੁਹਾਡੀ ਦਾੜੀ ਹਲਕੀ ਆ ਤਾਂ ਤੁਸੀਂ ਇੱਕ ਢੱਕਣ ਤੋਂ ਘੱਟ ਵੀ ਲਾ ਸਕਦੇ ਹੋ। ਤਕਰੀਬਨ ਜਿਹੜੇ ਆਮ ਵੀਰਾਂ ਦੀ ਦਾੜੀ ਹੈ ਨਾ, ਦਾੜੀ ਤਾਂ ਚਲੋ ਮੇਰੀ ਭਾਰੀ ਆ, ਉਹ ਅੱਧੇ ਢੱਕਣ ਵੀ ਲਗਾ ਸਕਦੇ ਆ ਸਿਮਕੋ ਦਾ। ਮੁੱਛਾਂ ਨੂੰ ਹਲਕਾ ਹਲਕਾ ਲਾਉਣਾ ਇੱਦਾਂ, ਥੱਲੇ ਤੁਸੀਂ ਇੱਦਾਂ ਲਗਾਓ, ਆਹ ਸਾਈਡ ਇੱਧਰ ਨੂੰ ਇੱਦਾਂ ਲੈਣੀ, ਆਹ ਸਾਈਡ ਇੱਧਰ ਇੱਧਰ ਨੂੰ ਲੈਣੀ, ਔਰ ਇੱਦਾਂ ਐਂ ਕਰਕੇ ਇੱਦਾਂ ਮੁੱਛਾਂ ਨੂੰ ਉੱਪਰ ਚੱਕ ਲਓ। ਇਹਨਾਂ ਨੂੰ ਆਪਾਂ ਬਾਅਦ 'ਚ ਬੰਨਾਂਗੇ, ਮੁੱਛਾਂ ਜਿੰਨੀਆਂ ਮਰਜ਼ੀ ਹੈਵੀ ਹੋਣ ਤੁਸੀਂ ਉਹਨਾਂ ਨੂੰ ਇੱਦਾਂ ਇੱਕ ਵਾਰੀ ਫੋਲਡ ਕਰ ਲੈਣਾ। ਪਰ ਇੱਥੇ ਥੋੜ੍ਹੀ ਜਿਹੀ ਸਿਮਕੋ ਇਸ ਤਰੀਕੇ ਨਾਲ ਲਾਉਣੀ ਕਰਨੀ ਆ ਕਿਨਾਰੀ ਦੇ, ਇੱਥੋਂ ਵਾਲ ਜਿਹੜੇ ਖੜ੍ਹੇ ਹੋ ਜਾਂਦੇ। ਇਹਨੂੰ ਜਿੱਦਾਂ ਤੁਸੀਂ ਇੰਨਾ ਜ਼ਿਆਦਾ ਬੁਰਸ਼ ਇੱਦਾਂ ਫਿਰੀ ਜਾਓਗੇ, ਇੱਦਾਂ ਇੱਦਾਂ ਦਾੜੀ ਤੁਹਾਡੀ ਇੱਥੋਂ ਐਂ ਕਰਕੇ ਹੱਥ ਫੇਰੋ, ਆਹ ਦੇਖੋ ਪਲੇਨ ਹੁੰਦੇ ਜਾਣਗੇ ਵਾਲ ਇੱਦਾਂ ਇੱਦਾਂ, ਠੀਕ ਹੈ ਜੀ। ਆਪਾਂ ਦਾੜੀ ਇੱਦਾਂ ਸਿਮਕੋ ਲਾ ਲਈ, ਹੁਣ ਕਰਨਾ ਕੀ ਆ, ਬਾਜ ਦੀ ਮਦਦ ਨਾਲ ਆਪਾਂ ਜਿਹੜਾ ਸਾਡੇ ਵਾਲ ਥੱਲੇ ਬਾਹਰ ਆ ਇਹ ਅੰਦਰ ਨੂੰ ਕਰ ਲੈਣੇ ਇੱਦਾਂ ਇੱਦਾਂ ਕਰਕੇ ਬਾਜ ਨਾਲ। ਉਂਗਲ ਨਹੀਂ ਲਾਉਣੀ, ਉਂਗਲ ਨਾਲ ਵਾਲ ਚਿਪਕੇ ਫਿਰ ਬਾਹਰ ਆ ਜਾਣੇ। ਦੇਖੋ ਜੀ ਆਪਾਂ ਇਹ ਤਾਂ ਸਿਮਕੋ ਲਾ ਲਈ, ਹੁਣ ਕੀ ਕਰਨਾ, ਆਪਾਂ ਠਾੜਾ ਇੱਕ ਲੈਣਾ, ਠਾੜਾ ਤੁਹਾਡਾ ਇੱਕ ਗਿੱਠ ਚੌੜਾ ਹੋਣਾ ਜੀ ਘੱਟੋ ਘੱਟ। ਆਹ ਦੇਖੋ ਜਾਂਦਾ ਗਿੱਠ ਪੌਣੀ ਗਿੱਠ ਚੌੜਾ, ਪੌਣੀ ਗਿੱਠ ਜਾਂ ਗਿੱਠ ਹੋਣਾ ਚਾਹੀਦਾ, ਔਰ ਜਿਹੜਾ 1.25 ਮੀਟਰ ਲੰਬਾ ਹੋਣਾ ਚਾਹੀਦਾ ਇਸ ਤਰ੍ਹਾਂ, ਇਹ 1.25 ਮੀਟਰ ਆ। ਇਹਨੂੰ ਆਪਾਂ ਇੱਦਾਂ ਬੰਨਾਂਗੇ, ਇਹਨੂੰ ਇੱਦਾਂ ਢਿੱਲੀ ਜਿਹੀ ਗੱਠ ਮਾਰਨੀ ਇੱਦਾਂ ਬਸ ਬਸ ਇੱਦਾਂ। ਹੁਣ ਕੀ ਕਰਨਾ, ਇੱਕ ਠਾੜਾ ਹੋਰ ਲੈਣਾ, ਜਿਹੜਾ ਸਭ ਤੋਂ ਵਧੀਆ ਤਰੀਕਾ ਜਿਹੜਾ ਤੁਸੀਂ ਕਦੇ ਨਾ ਸੁਣਿਆ ਨਾ ਦੇਖਿਆ। ਕਈ ਵਾਰੀ ਦਾੜੀ ਬੰਨਦੇ ਆਪਾਂ, ਦਾੜੀ ਖੋਲ੍ਹਦੇ ਤੋਂ ਵਾਲ ਜਿਹੜੇ ਉੱਕੜ ਦੁੱਕੜ ਐਂ ਕਰਕੇ ਛੱਲੇ ਜਿਹੇ ਬਣੇ ਹੁੰਦੇ ਆ, ਵਾਲ ਸਿੱਧੇ ਨਹੀਂ ਹੁੰਦੇ, ਉਹਦੇ ਲਈ ਆਹ ਤਰੀਕਾ। ਦੂਜਾ ਠਾੜਾ ਉੱਪਰ ਬੰਨੋ ਇੱਦਾਂ, ਠੀਕ ਹੈ ਜੀ। ਇਹ ਪਹਿਲੇ ਨੂੰ ਖੋਲ੍ਹ ਦਿਓ, ਇਹਨੂੰ ਪਿੱਛੇ ਕਰ ਦਿਓ ਜਿਹੜੇ ਲੜੀਆਂ, ਇੱਦਾਂ ਕਰਕੇ ਇਹਨੂੰ ਕੱਸ ਕੇ ਬੰਨ ਦਿਓ ਇੱਦਾਂ, ਜਿਹੜਾ ਉੱਪਰ ਠਾੜਾ ਬੰਨਿਆ ਕੱਸ ਕੇ ਅਤੇ ਉੱਪਰ ਦੂਰੀ ਗੰਢ ਦੇ ਦਿਓ ਤਾਂ ਜੋ ਢਿੱਲੀ ਨਾ ਹੋਵੇ, ਠੀਕ ਹੈ ਜੀ।
ਹੁਣ ਕੀ ਕਰਨਾ, ਜਿਹੜਾ ਠਾੜਾ ਥੱਲੇ ਆ ਉਹਨੂੰ ਬਾਹਰ ਖਿੱਚ ਲੈਣਾ, ਇੱਦਾਂ ਦੀ ਬਾਹਰਲੀ ਕਿਨਾਰੀ ਲੱਭਣੀ ਆ ਵਾਲੀ, ਇੱਦਾਂ ਇੱਧਰੋਂ ਇੱਥੋਂ ਆਪਾਂ ਦੀ ਬਾਹਰਲੀ ਕਿਨਾਰੀ ਲੱਭਣੀ, ਇਹਨੂੰ ਇੱਦਾਂ ਐਂ ਕਰਕੇ ਬੜੇ ਪਿਆਰ ਨਾਲ ਇੱਦਾਂ ਪਹਿਲਾਂ ਇਹਦੀਆਂ ਸਾਈਡਾਂ ਖਿੱਚਣੀਆਂ, ਇੱਦਾਂ ਐਂ ਕਰਕੇ ਫਿਰ ਇਹਨੂੰ ਥੱਲੋਂ ਐਂ ਕੱਢੀ ਜਾਣਾ ਇੱਦਾਂ ਬਾਅਦ। ਹੁਣ ਕੀ ਕਰਨਾ, ਹੁਣ ਆਪਾਂ ਨੂੰ ਖਿੱਚਣਾ ਪਹਿਲਾਂ ਇੱਦਾਂ ਸਾਈਡਾਂ ਤੋਂ ਖਿੱਚ ਕੇ, ਆ ਦੇਖੋ ਹੁਣ ਥੱਲੋਂ ਖਿੱਚ ਲੈਣਾ, ਇਹਦੇ ਨਾਲ ਕਿ ਜਿਹੜੀ ਤੁਹਾਡੀ ਬਿਲਕੁਲ ਦਾੜੀ ਥੱਲੋਂ ਪ੍ਰੈਸ ਹੋ ਜਾਏਗੀ, ਗਵਾਲ ਸਿੱਧੇ ਹੋ ਗਏ ਸਾਰੇ ਇੱਧਰੋਂ ਵੀ ਔਰ ਇੱਧਰੋਂ ਵੀ, ਐਨ ਪ੍ਰੈਸ ਹੋ ਜੂਗੀ ਦਾੜੀ। ਹੁਣ ਬਾਜ ਨਾਲ ਇੱਦਾਂ ਤੁਸੀਂ ਆ ਜਿਹੜੇ ਵਾਲ ਬਾਹਰ ਨੂੰ ਆ ਗਏ ਥੱਲੋਂ, ਬਾਜ ਨਾਲ ਚੰਗੀ ਤਰ੍ਹਾਂ ਗਾਹ ਤੱਕ ਬਾਜ ਫੇਰ ਕੇ ਵਾਲ ਅੰਦਰ ਕਰ ਦੇਣੇ। ਹੁਣ ਕੀ ਕਰਨਾ, ਜਿਹੜੀ ਮੁੱਛਾਂ ਨੇ ਨਾ, ਜੇ ਤੁਸੀਂ ਵੱਖਰੀਆਂ ਕੁੰਡੀਆਂ ਮੁੱਛਾਂ ਰੱਖਣੀਆਂ ਨੇ, ਜੈੱਲ ਜਾਂ ਮੁੱਛ ਮਰੋੜ ਲਾ ਕੇ ਇੱਦਾਂ ਵੀ ਰੱਖ ਸਕਦੇ ਹੋ ਐਂ ਕਰਕੇ, ਪਰ ਮੈਂ ਜ਼ਿਆਦਾਤਰ ਇਹਨਾਂ ਨੂੰ ਇੱਦਾਂ ਦਾੜੀ ਨਾਲ ਮਿਕਸ ਕਰਦਾ। ਜੇ ਉੱਥੇ ਮਾੜੀ ਜਿਹੀ ਸਿਮਕੋ ਦੁਬਾਰਾ ਲਾਉਣੀ ਹੈ ਤਾਂ ਲਾ ਸਕਦੇ ਇੱਦਾਂ। ਹੁਣ ਇਹਦੇ ਉੱਪਰ ਆਪਾਂ ਠਾੜਾ ਬੰਨ ਦੇਣਾ ਛੋਟੇ ਸਾਈਜ਼ ਦਾ, ਜੇਕਰ ਛੋਟੇ ਸਾਈਜ਼ ਦਾ ਨਹੀਂ ਇਸੇ ਠਾੜੇ ਨੂੰ ਫੋਲਡ ਕਰਕੇ, ਜਿਹੜਾ ਫੋਲਡ ਪਾਸ ਉੱਪਰ ਲਾ ਕੇ ਮੁੱਛਾਂ ਨੂੰ ਐਂ ਚੱਕ ਦਿਓ, ਇਹ ਐਂ ਕਰਕੇ ਤਾਂ ਬੁੱਲਾਂ ਤੋਂ ਚੱਕ ਦਿਓ, ਇੱਦਾਂ ਬੰਨ ਦਿਓ। ਪਿੱਛੇ ਇਹਦੇ 'ਚ ਡਬਲ ਗੰਢ ਪਾ ਦਿਓ ਜਾਂ ਕਸ਼ਕਾਵੀ ਗੰਢ ਪਾ ਦਿਓ, ਕਸ਼ਕਾਵੀ ਪਾ ਦਿਓ, ਠੀਕ ਹੈ ਜੀ। ਇੱਦਾਂ ਗੰਢ ਪਾ ਕੇ ਇੱਥੋਂ ਬਾਜ ਨਾਲ ਇੱਦਾਂ ਸੈੱਟ ਕਰਨਾ, ਇੱਦਾਂ ਸਿੱਕੇ ਦੇ ਬਾਜ ਦੇ ਸੈਂਟਰ 'ਚ ਪਾ ਕੇ, ਸੈਂਟਰ 'ਚ ਬਾਜ ਪਾ ਕੇ ਇੱਦਾਂ ਐਂ ਕਰਕੇ ਇੱਧਰੋਂ ਸੈਂਟਰ 'ਚ ਪਾ ਕੇ ਇੱਦਾਂ ਐਂ ਕਰਕੇ ਅੰਦਰਲੇ ਅਠਾੜੇ ਦੇ ਥੱਲੇ ਬਾਜ ਜਾਣਾ ਚਾਹੀਦਾ, ਇੱਦਾਂ ਅੰਦਰਲੇ ਅਠਾੜੇ ਦੇ ਥੱਲੇ ਬਾਜ ਜਾਣਾ ਚਾਹੀਦਾ, ਇੱਦਾਂ ਐਂਡ ਤੱਕ ਪੈਸ ਅਠਾੜੇ ਦੇ ਥੱਲੇ, ਇੱਥੇ ਵੀ ਮਾੜਾ ਮਾੜਾ ਐਂ ਕਰ ਦੇ। ਖੈਰ ਪਰਨਾ ਬੰਨਿਆ ਇਸ ਕਰਕੇ ਇੱਥੇ ਗੈਪ ਪੈ ਗਿਆ, ਤੁਸੀਂ ਇੱਥੇ ਕਮਾਂਡੋ ਪਟਕਾ ਬੰਨ ਕੇ ਸਿਰ 'ਤੇ ਅਤੇ ਇੱਥੇ ਪਾ ਸਕਦੇ, ਫਿਰ ਗੈਪ ਨਹੀਂ ਪਏਗਾ, ਠੀਕ ਹੈ ਜੀ। ਇੱਦਾਂ ਦਾੜੀ ਆਪਣੀ ਵੱਧ ਚੁੱਕੀ ਆ, ਠੀਕ ਹੈ ਜੀ। ਜੇਕਰ ਤੁਸੀਂ ਬਾਜ ਥੱਲੇ ਵੀ ਪਾ ਸਕਦੇ ਨਾ ਐਂ ਕਰਕੇ ਤਰੀਕੇ ਨਾਲ, ਐਂ ਕਰ ਬਿਲਕੁਲ ਸਕਿਨ ਨਾਲ ਇੱਥੇ ਸੈਂਟਰ ਜਾ ਕੇ ਬੁੱਲਾਂ ਕੋਲ ਐਸ ਬੁੱਲ ਤੋਂ ਐਂ ਚੱਕ ਦਿਓ, ਇੱਧਰੋਂ ਪਾ ਕੇ ਬਾਜ ਐਸ ਬੁੱਲ ਤੋਂ ਇੱਦਾਂ ਚੱਕ ਦਿਓ, ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਕਰ ਲਓ, ਇਹ ਵੱਧ ਗਈ, ਇਹਨੂੰ ਆਪਾਂ ਇੱਦਾਂ ਘੱਟੋ ਘੱਟ 5 ਮਿੰਟ ਬੰਨਣਾ, ਬਾਕੀ ਆਪਾਂ ਦੱਸਦੇ ਦੂਜੇ ਪਾਰਟ ਵਿੱਚ ਵੀ ਇਹਨੂੰ ਕਿੱਦਾਂ ਆਪਾਂ ਕਰਨਾ। ਸੋ ਉਮੀਦ ਆ ਵੀ ਸਾਰਿਆਂ ਨੂੰ ਇਹ ਤਰੀਕਾ ਪਸੰਦ ਆਏਗਾ, ਕਈ ਨਵੀਆਂ ਗੱਲਾਂ ਦਾ ਪਤਾ ਲੱਗਿਆ ਹੋਏਗਾ। ਸੋ ਪਲੀਜ਼ ਕਮੈਂਟ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ, ਤਾਂ ਜੋ ਮੇਰੇ ਗੁਰਸਿੱਖ ਵੀਰ ਆ ਜਿਹੜੇ ਦਾੜੀ ਬੰਨਣ ਤੋਂ ਪਰੇਸ਼ਾਨ ਹੁੰਦੇ ਨੇ, ਉਹ ਸੌਖੇ ਤਰੀਕੇ ਨਾਲ ਦਾੜੀ ਬੰਨ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।